ਪੀਲੋ ਵੀ, ਰੋਟੀਆਂ ਵੀ ਛੱਡ ਦਈਏ, ਥੋੜੇ ਪਾਣੀ 'ਚ, ਥੋੜੇ 'ਚ, ਥੋੜੇ 'ਚ, ਥੋੜੇ 'ਚ। ਚੱਕੋ ਵੀ, ਇਹੀ ਖਾਇਓ, ਬਾਅਦ 'ਚ ਤੁਹਾਨੂੰ ਹੋਰ ਖਾਵਾਂਗੇ। ਹਾਂਜੀ ਯਾਰ, ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ, ਉਮੀਦ ਕਰਦੇ ਵੀ ਠੀਕ ਠਾਕ ਹੋਊ, ਤੁਹਾਡੇ ਜਾਣਾ ਵੀ ਸੈੱਟ ਬੈੱਟ ਹੋਣਗੇ। ਅਤੇ ਮਿੱਤਰੋ, ਆਪਾਂ ਪਾੜ ਦਿੱਤੇ ਟੋਟਲੀ ਜਿੰਨੇ ਵੀ ਜੋੜੇ ਸੀਗੇ, ਛੋਟੇ ਬੱਚਿਆਂ ਵਾਲੇ, ਵੱਡੇ ਵਾਲੇ, ਸਾਰੇ ਪਾੜਤੇ ਆ। ਅਤੇ ਕਬੂਤਰ ਜਿਹੜੇ ਆਪਾਂ ਖੁੱਡੇ 'ਚ ਸਾਰੇ ਗਏ, ਇੱਧਰ ਵੱਡੇ ਖੁੱਡੇ 'ਚ ਆਪਣੇ 'ਚ, ਉਹ ਸਾਰੇ ਥੱਲੇ ਲਿਆਉਂਦੇ, ਤੁਹਾਨੂੰ ਮੈਂ ਦਿਖਾਉਂਦਾ। ਆਹ ਵੇਖੋ, ਅੱਧੇ ਇੱਥੇ ਆ, ਅੱਧੇ ਇੱਥੇ ਆ, ਅਤੇ ਦੋ ਤਿੰਨ ਜਿਹਨਾਂ ਦੇ ਅੱਖ ਖਰਾਬ ਆ ਕਬੂਤਰ, ਉਹ ਇੱਥੇ ਆ। ਬਾਕੀ ਸਾਰੇ ਤੁਹਾਨੂੰ ਤਾਂ ਚੱਲ ਗਏ, ਤੁਹਾਨੂੰ ਇਹ ਸਾਰੇ ਦੋਨੇ ਆਹ ਵਾਲੇ ਅਤੇ ਆਹ ਵਾਲੇ ਸਾਰੇ ਸਹੀ ਆ, ਉਹ ਵੀ ਠੀਕ ਹੋ ਚੱਲੇ ਹੁਣ ਤਾਂ। ਹਲਦੀ ਰਾਮ ਹੁਣੀ ਅੱਖ ਦਿਖਾਉਣਾ ਤੁਹਾਨੂੰ, ਹਲਦੀ ਰਾਮ ਦੀ ਹੁਣ ਫੜ ਕੇ ਅੱਖ ਖੋਲ ਲਈ ਆ, ਸੈੱਟ ਆਏ ਥੱਲੇ, ਵਾਹਿਗੁਰੂ ਦੀ ਕਿਰਪਾ ਪੂਰੀ ਹੁਣ ਤਾਂ। ਆਹ ਦੇਖੋ, ਲੈ ਅੱਖ ਖੁੱਲ੍ਹੀ ਹੈ ਨਾ, ਓਕੇ ਆ। ਇੱਧਰ ਵੀ ਦੇਖ ਲਓ, ਲੈ ਇਹ ਆਹ ਦੇਖ ਲਓ, ਲੈ ਓਕੇ ਆ। ਇਹ ਦਵਾਈ ਫੇਰ ਪਾ ਦਿੰਦੇ ਆਪਾਂ, ਪਿੱਛੇ ਛੱਡਤੇ ਸਾਰੇ, ਓਕੇ ਠੀਕ ਹੈ ਜੀ। ਹੁਣ ਤੁਹਾਨੂੰ ਤਾਂ ਚੱਲ ਕੇ, ਤੁਹਾਨੂੰ ਆਹ ਲਓ ਜੀ, ਉੱਪਰ ਆ ਗਏ, ਇੱਥੇ ਛੱਡਤੇ ਸਾਰੇ ਬੱਚੇ ਆਪਾਂ। ਆਹ ਦੇਖ ਲਓ, ਉਹ ਜੋੜੀ ਇੱਕ, ਉਹ ਰੱਤੇ ਦੀ ਅੱਖ ਖਰਾਬ ਆ, ਨਾਲੇ ਕਬੂਤਰੀ ਦੀ, ਅਤੇ ਉਹ ਹੁਣ ਇੱਥੇ ਨਾ ਰੱਤੇ ਨੂੰ ਆਪਾਂ ਇੱਥੇ ਐਂ ਕਰਿਆ ਕਰਾਂਗੇ, ਇੱਥੇ ਪਿੰਜਰੇ 'ਚ ਪਾ ਲਿਆ ਕਰਾਂਗੇ। ਹਾਂ ਪੁੱਤ, ਦਿਨਾਂ ਤੁਹਾਨੂੰ ਛੋਲੇ ਛੱਲੇ ਕੱਢਦਾ, ਬਾਰਾਂ ਕੁ ਮਿੰਟ ਰਹੋ। ਲਓ ਜੀ, ਇੱਥੇ ਨਾ ਵੱਡੇ ਸਿਰਫ ਇੱਕ ਆਹ ਜੋੜੀ ਆ, ਹਾਂ ਆਹ ਵੀ ਹੱਥ 'ਤੇ ਆਉਂਦਾ ਸੀ ਗੱਲ, ਇੱਕ ਆਹ ਕਬੂਤਰ ਆਹਦੇ ਬੈਠੇ, ਇਹਦੀ ਵੀ ਅੱਖ ਖਰਾਬ ਆ, ਅਤੇ ਇੱਕ ਇੱਥੇ ਕਬੂਤਰੀਆਂ ਹੋਰ ਆ, ਕਬੂਤਰੀਆਂ ਕਿੱਧਰ ਗਈਆਂ ਜਾ ਯਾਰ, ਕਬੂਤਰੀ 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 ਆ ਬੈਠੀ, ਇੱਕ ਆ ਰਹੀ ਕਬੂਤਰੀ ਵੱਡੀ, ਅਤੇ ਇੱਕ ਆ ਰਹੀ ਸ਼ਾਖੀ ਆਪਣੀ ਹੱਡੀ ਵਾਲੀ, ਇਹ ਵੀ ਠੀਕ ਹੋ ਗਈ, ਇੱਕ ਆ ਰਹੀ ਕਬੂਤਰੀ। ਇਹ ਤਿੰਨ ਚਾਰ ਇੱਥੇ ਕਬੂਤਰੀਆਂ, ਅਤੇ ਦੋ ਕਬੂਤਰ ਆ, ਆਹ ਕਾਲੀ ਪੂਛ ਵਾਲਾ ਅਤੇ ਰੱਤਾ ਆਪਣਾ, ਬਾਕੀ ਸਭ ਪੱਠੇ ਹੀ ਆਪਣੇ ਬੱਚੇ ਹੀ ਆ, ਸਾਰੇ ਬੱਚੇ ਆ। ਅਤੇ ਆ ਜਿਹੜੇ ਮਾੜੇ ਮੋਟੇ ਹੈਗੇ ਨਾ ਡੈਸ ਮੈਸੇਜ, ਇਹਨਾਂ ਨੂੰ ਵੀ ਕਰਦੇ ਹਾਂ ਠੀਕ ਆਪਾਂ, ਪਾਵਰ ਜਿੱਲਾ ਮੈਂ ਲਿਆ, ਆਹ ਵੀ ਤੁਹਾਨੂੰ ਦਿਖਾਉਂਦਾ ਮੈਂ। ਹੇ ਆਹ ਦੇਖੋ, ਲਿਫਾਫੇ 'ਚ ਆ, ਬਾਹਰ ਕੱਢਦੇ ਹਾਂ ਆਪਾਂ, ਪਹਿਲਾਂ ਬੱਚੇ ਬਾਹਰ ਕੱਢ ਲਈਏ, ਫਿਰ ਇਹਨਾਂ ਨੂੰ ਖੋਲ੍ਹਦੇ ਇੱਥੇ ਰੱਖ ਲੈਂਦੇ ਹਾਂ। ਸਰਿੰਜ ਸਰੁੰਜ ਥੱਲੇ ਅੰਮ੍ਰਿਤ ਸਾਹਿਬ ਨਾਲ ਟੂਬ ਵੀ ਥੱਲੇ ਆਉਂਦੀ ਆਪਾਂ, ਇਹ ਵੀ ਪਾਉਂਦੇ ਇਹਨਾਂ ਦੇ। ਚੱਲ ਬੇਟਾ ਅੰਦਰ, ਕੱਢਦਾ ਤੁਹਾਨੂੰ ਬਾਹਰ, ਕੋਈ ਪੈਰ ਥੱਲੇ ਨਾ ਆਜੋ, ਆਪਦਾ ਜ਼ਿੰਮੇਵਾਰ ਤੁਸੀਂ ਆਪ ਹਾਂ। ਚੱਲ ਪੁੱਤ, ਚੱਲ ਵੀ, ਚੱਲ ਚੱਲ ਚੱਲ, ਹਾਂ ਬਹੁਤ ਸਿਆਣਾ ਬਹਿ ਗਿਆ ਨਾ, ਜਾ ਕੇ ਸੱਚਾ ਕਾਲੀ ਪੂਛਦਾ ਬੈਠ ਟੂਸੇ। ਚਲੋ ਗਲ ਤੁਹਾਡੇ ਜਾਣਾ ਸੀ, ਗੱਲ ਹੋ ਜਾਣਾ ਸੀ ਨਾ, ਚੱਕਰ ਵੱਧ ਜਾਣਾ ਸੀਗਾ। ਇਹ ਆ ਲੈ ਝਾਲਰ ਵਾਲਾ ਬਹਿ ਗਿਆ, ਬਹਿ ਗਿਆ ਲਓ ਬੈਠ ਟੂਸੇ ਇੱਕ ਵਾਲਾ। ਚੱਲ ਬੇਟਾ ਬਹਿ ਗਿਆ, ਅਤੇ ਉਦੋਂ ਬਾਅਦ 75 ਵਾਲਾ ਦਾ ਲਓ, ਇਹ ਵੀ ਬਹਿ ਗਿਆ। ਉਦੋਂ ਬਾਅਦ ਆਪਣਾ ਆਹ ਰੋਜੇ ਦਾ, ਇਹ ਤਾਂ ਛਤਰੀ 'ਤੇ ਜਾਊਗਾ, ਇਹਦਾ ਥੋੜ੍ਹਾ ਜਿਹਾ ਹੈਗਾ ਵਾ। ਓਏ ਥੱਲੇ ਬੈਠਾ ਇਹ ਤਰੀਕੇ ਲਿਆਉਣ ਡੇ ਆ, ਚੱਲ ਤਾਂ
ਫਿਰ ਆਜੂਗਾ ਆਪਣਾ ਨੀਲਾ ਜੀ। ਨੀਲੇ ਚੱਲ ਪਤਾ, ਹਾਂ ਬਹੁਤ ਸਿਆਣਾ। ਇੱਥੇ ਆਪਣਾ ਇੱਕ ਲਾਲ ਜੀ ਧੋਣ ਦਾ, ਮੈਂ ਤਾਂ ਕਿਹਾ ਕੱਲ੍ਹ ਕਿਤੇ ਉਹ ਗਵਾ ਚ ਗਿਆ। ਇਹ ਵੀ ਤਾਂ ਵਾਲੀ ਛਤਰੀ 'ਚ ਬਹਿ ਗਿਆ। ਇੱਕ ਲਾਲ ਜੀ ਧੋਣ ਦਾ ਨਾ ਪੱਠਾ ਆਪਣਾ, ਮੈਂ ਤਾਂ ਕਿਹਾ ਕੱਲ੍ਹ ਉਹ ਗਵਾ ਚ ਗਿਆ, ਪਰ ਨਹੀਂ ਆ ਵੀ ਬੈਠਾ। ਇਹ ਤਾਂ ਯਾਰ ਪੂਰਾ ਪੱਕਾ ਲੱਗ ਗਿਆ ਜੀ ਉੱਥੋਂ ਆਇਆ ਵੈ ਬਈ ਕੁਲਦੀਪ ਕੋਲੋਂ। ਚੱਲ ਇਹ ਤਾਂ ਪੱਕਾ ਪਿਆ ਵੈ ਪੂਰਾ। ਹੋਰ ਇੱਥੇ ਆਪਣੇ ਸਲੇਟੀ ਇੱਕ ਆ ਰਿਹਾ, ਚੱਲ ਬੇਟਾ। ਇਹ ਵੀ ਤਾਂ ਵਾਲੀ ਛਤਰੀ 'ਤੇ ਬਹਿ ਗਿਆ ਕਾਲੀ ਪੂਛ। ਚਲੋ ਜੀ ਹੋਰ ਇੱਥੇ ਇੱਕ ਆ ਰਿਹਾ, ਆ ਵੀ ਠੀਕ ਹੋ ਗਿਆ ਹੁਣ। ਇਹ ਉਹ ਅੰਕਲ ਕਿੱਦਣ ਉੱਠ ਗਿਆ ਸੀਗਾ, ਦੱਬੀ ਦਾ ਬੱਚਾ ਲੈ ਜਾਂਦਾ ਆਪਾਂ, ਉਹਨਾਂ ਨੇ ਫੜਿਆ ਪਤਾ ਤੁਹਾਨੂੰ ਮੈਂ ਦੱਸਦਾ ਕਿਹੜੇ ਤਰੀਕੇ ਨਾਲ। ਠੀਕ ਆ ਠੀਕ ਆ ਜੀ, ਬਹਿ ਬਹਿ ਚਾਲ 'ਤੇ ਚੱਲ। ਇੰਨੇ ਕੀ ਬੱਚੇ ਯਾਰ? ਅੱਛਾ ਆ ਰਹਿੰਦਾ ਹਿੱਲ ਲੈਂਦਾ ਆਪਣਾ। ਓਏ ਇਹ ਤੇਰੇ ਨਾਲ ਡੇ ਬਾਈ। ਹਾਂ ਬਿਲਕੁਲ ਸਹੀ, ਉੱਡ ਜਾ ਉੱਡ ਜਾ। ਲੈ ਪਤਾ ਨਹੀਂ ਕੀ ਚਾਹੀਦੀ ਚੜ੍ਹਦੀ, ਬਹਿਓ ਬਹਿਓ। ਇੰਨੀ ਨਹੀਂ ਤੁਹਾਨੂੰ ਖੁੱਲ੍ਹ ਦਿੱਤੀ ਵੀ ਉੱਡ ਜਿਓ। ਬਾਕੀ ਯਾਰ ਬੱਚੇ ਤਾਂ ਆਹੀ ਲੱਗਦੇ ਮੈਨੂੰ। ਨਹੀਂ ਨਹੀਂ ਸੱਚ, ਆਹ ਤਾਂ ਬੈਠਾ ਇੱਕ ਬਗਲ ਟੂਸੇ ਵਾਲਾ ਆਪਣਾ। ਆਲੋ ਲੈ ਇਹਨੂੰ ਟੈਂਕੀ ਤੋਂ ਇਲਾਵਾ ਕੋਈ ਸਮਝਦਾ ਹੀ ਨਹੀਂ। ਪਹਿਲੇ ਪਾਸੇ ਬਹਿੰਦੇ ਹੁੰਦੇ, ਹੁਣ ਨਹੀਂ ਪਰ ਬਹਿੰਦਾ, ਆਹ ਹੁਣ ਬਹਿ ਗਿਆ ਬਸ। ਅਤੇ ਇੱਕ ਆਪਣਾ ਸਲੇਟੀ ਆ ਆਹ, ਬਾਕੀ ਸਾਰੇ ਨੇ ਜਿੰਨੇ ਬੱਚੇ ਆਪਾਂ ਜਾਲ 'ਚ ਪਾ ਲੈਂਦੇ ਹਾਂ ਜਿੰਨੇ ਵੀ ਸਾਰੇ। ਇੱਕ ਆਹ ਯਾਰ ਕੀ ਹੋ ਗਿਆ? ਅੱਛਾ ਇਹਦਾ ਛੋਟਾ ਵਾ, ਠੀਕ ਆ ਊਂ, ਪਰ ਇਹਨੂੰ ਵੀ ਛੋਲੇ ਦਿੰਦੇ ਹਾਂ ਆਪਾਂ, ਕੋਈ ਰਿਹਾ ਤਾਂ ਨਹੀਂ ਗਿਆ। ਇੱਥੇ ਕਿਹੜਾ ਬੈਠਾ ਵਾ? ਇਹਦਾ ਦੂਜਾ ਵਾ ਆਪਣਾ। ਬਾਕੀ ਸਾਰੀ ਗੈਂਗ ਚਲੋ ਜਾਲ 'ਚ ਜਿੰਨੇ ਵੀ ਆ, ਧੁੱਪ ਲਵਾਈਏ ਤੁਹਾਨੂੰ। ਬਸ ਇੰਨੇ ਕੀ ਹੈ ਯਾਰ, ਕੱਲ੍ਹ ਨਾ ਆਹ ਬੱਚੇ ਵੀ ਕੱਢੇ ਸੀ ਛਤਰੀ 'ਤੇ, ਇੱਕ ਆਹ ਵਾਲਾ, ਆਹ ਕਾਲਕਾਂਤਰਾ ਪਰਲਾ, ਅਤੇ ਆਹ ਲਾਲ ਚੀਨ ਨੇ ਹੋਣੀ। ਸਾਰੇ ਬਿਠਾਏ ਸੀ ਛਤਰੀ 'ਤੇ ਪਰ ਅੱਜ ਨਹੀਂ ਬਿਠਾਉਂਦੇ, ਉੱਡ ਗਏ ਸੀਗੇ ਮਹਾਂ ਫੜੇ ਆ। ਮੈਂ ਕਿਹਾ ਚੱਲ ਯਾਰ ਧੁੱਪ ਲੱਗ ਜੂਗੀ ਹੁਣ ਬੈਠੇ ਰਹਿਣੇ, ਉਹ ਤਾਂ ਬੈਠੇ ਰਹੇ ਵਧੀਆ ਪਰ ਉੱਡ ਗਏ ਸੀਗੇ। ਨੀਲੂ ਕੁਛ ਤਾਂ ਬਹਿ ਗਏ ਆ, ਕੋਈ ਇੱਥੇ ਬੈਠੇ ਆ। ਛੇ ਸੱਤ ਅਤੇ ਛੇ ਸੱਤ ਹੀ ਤਾਂ ਵਾ। ਲੈ ਉਹ ਬਾਈ ਜੀ ਲੈ, ਹੈ ਕੋਈ ਇਹਨਾਂ ਦਾ ਸਟੈਂਡ ਯਾਰ? ਓਹੋ ਲਗਰਜੀ ਕਰ ਸਟਾਫ। ਲੈ ਆਹ ਕਿੱਧਰ ਝੂਟਿਆ ਫਿਰਦਾ, ਅੱਖਾਂ ਖਰਾਬ ਯਾਰ। ਮੈਂ ਇਹ ਸਾਰੇ ਜਾਲ 'ਚ ਪਾਉਣਾ ਯਾਰ, ਫਿਰ ਮਿਲਦਾ ਲਾਓ ਇਹ ਮਤਲਬ ਦਵਾਈ ਸਾਰਿਆਂ ਦੇ ਅੱਖਾਂ 'ਚ ਟੂਪ ਪਾ ਦਈ ਆਪਾਂ ਇਹਨਾਂ ਸਾਰਿਆਂ ਦੇ ਵੀ, ਅਤੇ ਜਿਹੜੇ ਉੱਪਰ ਬੈਠੇ ਉਹਨਾਂ ਦੇ ਵੀ, ਜਾਲ ਵਾਲਿਆਂ ਦੇ ਵੀ, ਜਿਹੜੇ ਇੱਧਰ ਛਤਰੀ ਦੇ ਬੈਠੇ ਸਾਰਿਆਂ ਇਹਨਾਂ ਦੇ ਵੀ। ਇੱਕ ਦੋ ਵਿੱਚੋਂ ਉੱਡ ਗਏ, ਇੱਕ ਤਾਂ ਫਿਰਦਾ ਆਪਣਾ ਮੌਜਾ, ਅਤੇ ਇੱਕ ਆਪਣਾ ਕਾਲੀ ਪੂਛ ਦਾ ਕੂਤ, ਅਤੇ ਇੱਕ 75,000 ਵਾਲਾ, ਤਿੰਨ ਫਿਰਦੇ ਆ ਇਹ। ਉਦੋਂ ਨੇ ਆ ਰਹੇ ਆ ਵੀ ਹੋ ਜਾਂਦੇ, ਠੀਕ ਹੈ ਜੀ ਹੋ ਜਾਂਦਾ 75 ਵਾਲਾ। ਹੁਣ ਚੱਕ ਕੇ ਲਿਆਉਂਦੇ ਛੋਲੇ, ਸਾਰਿਆਂ ਨੂੰ ਛੋਲਿਆਂ ਟੁੰਨ ਕਰ ਦਿੰਦੇ ਹਾਂ, ਸਿਹਤਾਂ ਦੀਆਂ ਬਣੀਆਂ ਰਹਿਣੀਆਂ। ਆਹ ਬੱਚੇ ਤਾਂ ਮੈਨੂੰ ਡਾਊਟ ਲੱਗਦਾ ਰਹਿੰਦਾ ਯਾਰ, ਇਹਨੂੰ ਨਾ ਵੈਸੇ ਦਿੰਦੇ ਹਾਂ ਸਿਸਟਮ, ਆਹ ਕਿਵੇਂ ਖਰਾਬ ਕਰੀ, ਕਿਵੇਂ ਲਿਬੜਿਆ ਪਿਆ। ਇਹਨੂੰ ਛੋਲੇ ਦਿੰਦੇ ਨਾਲੇ ਆਪਾਂ ਪਾਵਰ ਜੈੱਲ, ਪਾਵਰ ਜੈੱਲ ਆਹ ਦੇਖ ਲਓ ਦੋ ਲਿਆਂਦੀਆਂ ਇਹ। ਆਲੋ ਜੀ ਠੀਕ ਹੈ ਜੀ, ਇਹ
ਆਉਂਦੀ ਆ 50 ਰੁਪਏ ਦੀ, ਨਾਸੀ 80 ਰੁਪਈਏ ਦੀ ਲਿਖਿਆ ਵੇ, 50 ਰੁਪਏ ਦੀ ਦੇ ਦਿੰਦੇ ਆਪਾਂ, ਛੋਲੇ ਲਿਆਉਂਦੇ ਹਾਂ ਚੱਕ ਕੇ ਦਿੰਦੇ ਸਾਰਿਆਂ ਨੂੰ, ਲਓ ਵੀ ਬਾਈ ਦੇ ਸਾਰੇ ਬੱਚਿਆਂ ਨੂੰ ਛੋਲੇ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿੱਤਰੋ, ਟਾਈਮ ਬਹੁਤ ਲੱਗਦਾ, ਮੈਂ ਤਾਂ ਤੁਹਾਨੂੰ ਮਿੰਟੋ ਮਿੰਟ ਹੀ ਦਿਖਾ ਦਿੰਦਾ ਵੀ ਦੇ ਤੇ ਛੋਲੇ, ਆਹ ਦੇਖ ਲਓ ਕਿੰਨੇ ਹੀ ਆ ਸਾਰਿਆਂ ਨੂੰ ਦਿੱਤੇ ਛੋਲੇ ਲੈ, ਅਤੇ ਬਾਕੀ ਉਹ ਡਾਉਣ ਵਾਲੇ ਤਾਂ ਬੈਠੇ, ਇਹਨਾਂ ਨੂੰ ਵੀ ਗਹਿਰਦੇ ਹਾਂ ਦਵਾਈ ਇਹਨਾਂ ਦੀ ਪਾਈ, ਇਹਨਾਂ 'ਚ ਤਾਂ ਇੱਕ ਅੱਧੇ ਨੂੰ ਛੋਲੇ, ਦੋ ਤਿੰਨ ਨੂੰ ਦੇਣੇ, ਪਰ ਇੱਕ ਤਾਂ ਜਿਹੜਾ ਛੋਟਾ ਜਿਹਾ ਬਰੀਕ ਜਿਹਾ ਮੂਹਰੇ ਆਉਂਦਾ ਇਹਨੂੰ, ਅਤੇ ਇੱਕ ਸੰਤਰੀ ਪੂਛ ਵਾਲੇ ਉਹ ਥੋੜ੍ਹਾ ਜਿਹਾ ਕਮਜ਼ੋਰ ਆਇਆ ਲੱਗਦਾ ਮੈਨੂੰ, ਅਤੇ ਇੱਕ ਦਾ ਹੋਰ ਹੋਊਗਾ, ਬਾਕੀ ਉਹ ਜਿਹੜੇ ਤਾਂ ਬੈਠੇ ਉਹ ਤਾਂ ਸਾਰੇ ਖਾ ਲੈਂਦੇ ਆ, ਉਹਨਾਂ 'ਚ ਹੋ ਸਕਦਾ ਇੱਕ ਅੱਧੇ ਵਾਰ ਨੀਲੇ ਹੁੰਦੇ ਤੇਗੇ, ਅਤੇ ਡਾਈਏ ਫਿਰ ਇਹਨਾਂ ਨੂੰ ਨੀਵੀਂ ਕਰਕੇ ਛਤਰੀ, ਲਓ ਜੀ ਜਿਹੜਿਆਂ ਨੇ ਉੱਡਣਾ ਸੀ ਉਹ ਉੱਡ ਕੇ ਆ ਜਾਂਦਾ ਕਾਲੀ ਪੂਛ ਦਾ, ਅਤੇ ਕਿੱਥੇ ਢਿੱਡ ਵਾਲਾ ਫਿਰਦਾ ਵਾ, ਆਹ ਵੀ ਇੱਕ ਛਤਰੀ ਇੱਧਰ ਵੀ ਲਾਤੀ ਆਪਾਂ, ਬਸ ਇਹਨਾਂ ਨੇ ਲੱਗਦਾ ਨਹੀਂ ਉੱਡਣਾ, ਡਾਏ ਸੀ ਮੈਂ ਕਾਹਨੂੰ ਤੰਗ ਕਰਨੇ ਆ, ਜਦੋਂ ਚਿੱਤ ਕਰਦੇ ਨਾ ਆਪ ਹੀ ਉੱਡ ਖੜ੍ਹਦੇ ਹੁੰਦੇ ਛਤਰੀ ਤੋਂ, ਇਹਨਾਂ ਨੂੰ ਬੈਠੇ ਰਹਿਣ ਦਿੰਦੇ ਹਾਂ, ਆ ਜਾਂਦਾ ਢਿੱਡ ਵਾਲਾ ਵਿਆਹ ਵੇ, ਆਹ ਵਿਆਹ ਗਿਆ ਹੋ ਜਾਂਦਾ, ਇਹ ਵੀ ਹੁਣ ਮੁੜਨ ਲੱਗ ਗਿਆ, ਕੱਲ੍ਹ ਮੈਂ ਤਾਂ ਕਿਹਾ ਕਿਤੇ ਮੁੜਿਆ ਨਹੀਂ ਗਾ ਪੂਛ ਵਾਲਾ ਆ ਜਾਂਦਾ, ਕੱਲ੍ਹ ਮੈਂ ਕਿਹਾ ਮੁੜਿਆ ਨਹੀਂ, ਇਹ ਤਾਂ ਮੋਏ ਨਾਲ ਛਤਰੀ 'ਤੇ ਬੈਠਾ ਸੀਗਾ, ਲਓ ਵੇ ਮਿੱਤਰੋ ਉਹ ਆ ਗਿਆ ਦੂਜਾ ਪੂਛ ਵਾਲਾ, ਪਾਰਲੀ ਛਤਰੀ ਜਾ ਕੇ ਬਹਿ ਗਿਆ, ਦੂਜਾ ਢਿੱਡ ਵਾਲਾ ਆ ਜਾਂਦਾ ਵੇ, ਆਨਾਂਗੇ ਚੱਲਿਆ ਨਾ, ਇਹ ਆਪੇ ਆਜੂਗਾ, ਇਹਨੂੰ ਘਰ ਘੁਰ ਦਾ ਸਾਰਾ ਪਤਾ ਵਾ, ਅਤੇ ਆਹ ਵੀ ਹੁਣ ਠੀਕ ਹੋਣ ਲੱਗ ਗਏ, ਹੁਣ ਆਪਾਂ ਉਹੀ ਜੈਨਕਸ ਟੂਪ ਹੀ ਪਾਉਂਦੇ ਇਹਨਾਂ ਦੇ, ਅਤੇ ਧੁੱਪੇ ਮੇਨ ਤਾਂ ਯਾਰ ਮੈਂ ਇਹ ਚੀਜ਼ ਦੇਖੀ ਆ ਕਬੂਤਰਾਂ 'ਚ ਨਾ, ਵੀ ਧੁੱਪੇ ਪਾਉਣ ਨਾਲ ਗੱਲ ਬਣਦੀ ਹੈ ਸਾਰੀ, ਕਬੂਤਰਾਂ ਨੂੰ ਨਾ ਧੁੱਪ ਜ਼ਰੂਰ ਲਵਾਓ ਅੱਖਾਂ ਵਾਲਿਆਂ ਨੂੰ ਪਹਿਲਾਂ, ਚੱਲ ਵਧੀਆ ਹੁਣ ਤਾਂ ਦਿਨ ਲੱਗਣ ਲੱਗ ਗਏ, ਚਲੋ ਹੁਣ ਅੱਗ ਵੀ ਘੱਟ ਲਾਉਂਦੇ ਲੋਕ ਕਿਉਂਕਿ ਨਿਬੜ ਗਿਆ ਲੱਗ ਭੱਗ, ਹੁਣ ਕਣਕ ਬੀਜਣ ਲੱਗ ਗਏ ਸਾਰੇ, ਝੋਨਾ ਲੱਗ ਭੱਗ ਜਾਣੀ ਤਾਂ ਸਾਰਾ ਵੱਢਿਆ ਹੀ ਗਿਆ, ਜਿੱਥੇ ਵੀ ਦੇਖੀ ਦਾ ਕੋਈ ਟਾਵਾਂ ਭਲਾ ਰਹਿੰਦਾ ਹੋਵੇ, ਨਹੀਂ ਤਾਂ ਸਾਰਾ ਵੱਢਿਆ ਗਿਆ, ਅਤੇ ਹੁਣ ਦਿਨ ਲੱਗਣ ਲੱਗ ਗਏ ਆ, ਅਤੇ ਹੁਣ ਫਿਰ ਇਹਨਾਂ ਨੂੰ ਧੁੱਪ ਪੂਰੀ ਮਿਲਦੀ ਆ, ਅਤੇ ਧੁੱਪ ਨਾਲ ਹੀ ਇਹ ਠੀਕ ਹੁੰਦੇ, ਮੈਂ ਦੇਖੀ ਇਹ ਚੀਜ਼ ਵਾ, ਪਹਿਲਾਂ ਨਾ ਜਿੰਨਾ ਟਾਈਮ ਜਾਲੀ ਜੁਲੀ 'ਚ ਰਹੇ ਉਨਾ ਟਾਈਮ ਜਮਾਣੀ ਯਾਰ, ਮਤਲਬ ਕਿ ਰਿਜ਼ਲਟ ਦਿੱਤਾ ਦਵਾਈ ਕਿਸੇ ਨੇ ਵੀ, ਜਦੋਂ ਤਾਂ ਧੁੱਪੇ ਪਾਉਣ ਲੱਗੇ ਜਿਹੜੀ ਮਰਜ਼ੀ ਦਵਾਈ ਪਾ ਦਿਓ ਬਾਈ, ਓਕੇ ਰਿਪੋਰਟਾਂ ਹੁਣ ਠੀਕ ਹੋਣ ਲੱਗ ਗਏ ਸਾਰੇ, ਅੱਖ ਕਿਸੇ 'ਚ ਨਹੀਂ ਹੁਣ ਬੰਦ ਹੁੰਦੀ, ਕਿਉਂਕਿ ਨਵਾਂ ਹੁੰਦਾ ਟਾਵਾਂ ਹੈ ਨਾ ਉਹਦੀ ਬੰਦ ਬੁੰਦ ਹੁੰਦੀ ਅੱਖ, ਨਹੀਂ ਸਾਰੇ ਠੀਕ ਹੋ ਕੇ ਰਿਪੋਰਟਾਂ ਸਾਰੇ, ਅਤੇ ਮਰਿਆ ਸਿਰਫ ਇੱਕ ਬੱਚਾ ਹੀ ਆਪਣਾ, ਉਹ ਵੀ ਉਹਨੂੰ ਹੋਰ ਚੱਕਰ ਪੈ ਗਿਆ ਸੀ ਥੋੜ੍ਹਾ ਜਿਹਾ, ਕੋਈ ਹੋਰ ਉਹ 'ਚ ਵਾਇਰਸ ਆ ਗਿਆ ਸੀਗਾ ਹੋਰ ਹੀ ਜੇ, ਉਹ ਆਠ ਜੇ ਪਾਉਂਦਾ ਹੀ ਐਂ ਜੇ ਨਾ ਘੁੰਮਣ ਘੇਰੀ ਜੀ ਕਰਨ ਲੱਗ ਗਿਆ ਸੀਗਾ, ਤਾਂ ਕਰਕੇ ਉਹ ਮਰ ਗਿਆ, ਹੋਰ ਆਪਣਾ ਛੋਟੇ ਆਹ ਦੇਖ ਲਓ ਕਿੰਨੇ ਹੀ ਬੱਚੇ ਲੈ, ਕੋਈ ਨਹੀਂ ਹੋਰ ਕੋਈ ਨਹੀਂ ਮਰਿਆ, ਬਾਕੀ ਸਭ ਠੀਕ ਠਾਕ ਆ, ਓਕੇ ਜੀ, ਅਤੇ ਇਹ ਵੀਡੀਓ ਦਾ ਆਪਾਂ ਐਂਡ ਇੱਥੇ ਕਰ ਦਿੰਦੇ ਹਾਂ ਮਿੱਤਰੋ, ਆਪਣੇ ਚੈਨਲ ਨੂੰ ਸਬਸਕ੍ਰਾਈਬ